कुलजीत कौर ने, बीबी कुलजीत कौर ने भी SHO ਮਹਿਟੀਆਣਾ ਦੇ ਵਿਰੁੱਧ ਦੋਸ਼ ਲਾਏ ਹਨ ਕਿ ਉਹ ਉਸ ਦੇ ਘਰ ਵਾਲੇ ਨੂੰ CIA ਸਟਾਫ ਜਲੰਧਰ ਦੇ ਕੋਲੋਂ ਚੱਕਵਾ ਕੇ ਉਹਦੇ ਉੱਤੇ ਝੂਠਾ ਕੇਸ ਦਰਜ ਕਰਵਾ ਰਿਹਾ ਹੈ। ਜਦੋਂ ਕੁਲਜੀਤ ਕੌਰ ਕੋਲੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਨਾਲ ਆਏ ਹੋਰ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜਿਹੜਾ ਕਿ ਕੁਲਜੀਤ ਕੌਰ ਦਾ ਘਰਵਾਲਾ ਹੈ, ਉਹ ਪਹਿਲਾਂ SHO ਮਹਿਟੀਆਣਾ ਦੇ ਗਨਮੈਨਾਂ ਰਾਹੀਂ ਚਿੱਟਾ ਯਾਨੀ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਸੀਗਾ। 5 ਅਗਸਤ ਨੂੰ ਫਿਰ ਅਸੀਂ ਜਿਹੜਾ ਪਟੀਸ਼ਨ ਫਾਈਲ ਕੀਤੀ ਹੋਈ ਸੀ 31/97/18 ਅਤੇ ਮੇਰੇ ਹਸਬੈਂਡ ਦੀ ਗ੍ਰਿਫਤਾਰੀ ਉੱਤੇ ਰੋਕ ਲਗਾਈ ਹੋਈ ਸੀਗੀ। ਅਸੀਂ ਮਤਲਬ CA ਸਟਾਫ ਤੋਂ ਬੰਦੇ ਆਉਂਦੇ ਆ 12 ਵਜੇ ਦੇ ਕਰੀਬ 5 ਅਗਸਤ ਨੂੰ ਸਾਡੇ ਘਰ, ਮੇਰੇ ਹਸਬੈਂਡ ਨੂੰ ਨਾਲ ਲੈ ਕੇ ਜਾਂਦੇ ਆ। ਉਹਨਾਂ ਨੂੰ ਅਸੀਂ ਸਟੇ ਔਡਰ ਦੀ ਕਾਪੀ ਵਿਖਾਉਣੀ ਆ ਅਤੇ ਉਹ ਕਹਿੰਦੇ ਆ ਕਿ ਮਤਲਬ ਨਹੀਂ, ਅਸੀਂ ਕੋਸ਼ਿਸ਼ ਕਰਕੇ ਇਹਨਾਂ ਨੂੰ ਵਾਪਸ ਭੇਜ ਦੇਣਾ ਆ। ਉਹ ਤੋਂ ਬਾਅਦ ਉਹਨਾਂ ਨੂੰ ਲੈ ਜਾਂਦੇ ਆ ਅਤੇ ਮੈਂ ਉਸੇ ਟਾਈਮ ਔਨਲਾਈਨ ਆਪਣੀ ID ਦੇ ਉੱਤੋਂ ਮੇਲ ਕਰਦੀ ਹਾਂ DGP ਪੰਜਾਬ ਨੂੰ ਚੰਡੀਗੜ੍ਹ, ਅਤੇ ਉਹਦੀਆਂ ਵੀ ਜਿੱਦਾਂ ਫੋਟੋ ਕਾਪੀਆਂ ਨਾਲ ਅਟੈਚ ਆ ਸਾਰਾ ਕੁਛ ਹੀ। ਅਤੇ ਮੇਰੇ ਹਸਬੈਂਡ ਉਸ ਟਾਈਮ ਵੀ ਜਿੱਦਾਂ ਸ਼ਿਵ ਕੁਮਾਰ ਨਾਲ ਮੈਂ ਗੱਲ ਕਰ CA ਸਟਾਫ ਦੇ ਇੰਚਾਰਜ, ਅਤੇ ਇਹ ਸਾਰਾ ਕੁਛ ਉਹਨਾਂ ਨੇ ਕੀਤਾ ਪਰਮਿੰਦਰ ਸਿੰਘ ਦੇ ਕਹਿਣ 'ਤੇ। ਪਰਮਿੰਦਰ ਸਿੰਘ ਨੂੰ 28 ਤਰੀਕ ਨੂੰ ਉੱਥੇ ਬੁਲਾਇਆ ਗਿਆ ਹਾਈਕੋਰਟ, ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਮਤਲਬ ਕਿ ਸਾਨੂੰ ਫਸਾ ਦਿੱਤਾ ਪਿਆ ਕਿ ਸਾਨੂੰ ਉੱਥੇ ਕੋਈ ਸਵਾਲ ਜਵਾਬ ਨਾ ਕਰਨਾ ਪਵੇ। ਇਸ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਮੈਂ ਜੋ ਵੀ ਪਟੀਸ਼ਨ ਕੀਤੀ ਆ ਮੈਂ ਵਾਪਸ। ਕੋਈ ਮਜਬੂਰ ਵੀ ਕਰਦੇ ਆ ਪੁਲਿਸ ਤੁਹਾਨੂੰ ਕਿਸੇ ਗੱਲ ਤੋਂ? ਸਰ ਜਿੱਦਾਂ ਪਰਮਿੰਦਰ ਸਿੰਘ ਕਹਿੰਦਾ ਕਿ ਜੋ ਪਟੀਸ਼ਨ ਕੀਤੀ ਆ ਮੈਂ ਉਹ ਵਾਪਸ ਲੈ ਲਵਾਂ, ਉਹ ਤੋਂ ਬਾਅਦ ਮਤਲਬ ਮੈਂ ਕੁਛ ਨਹੀਂ ਕਹਿੰਦਾ ਹੈਗਾ ਤੁਹਾਨੂੰ। ਹੁਣ ਵੀ ਅਸੀਂ 14 ਦਿਨ ਤੋਂ ਆਪਣੇ ਬੱਚਿਆਂ ਦੇ ਨਾਲ ਘਰੋਂ ਵੇਖ ਆ ਰਹੇ ਹਾਂ। ਮੇਰੇ ਹਸਬੈਂਡ ਵੀ ਜਿੱਦਾਂ ਉੱਥੋਂ ਸਟਾਫ ਤੋਂ ਮੇਰੇ ਨਾਲ ਗੱਲ ਕਰਵਾਈ ਜਾਂਦੀ ਹੈ ਅਤੇ ਉਹਨੂੰ ਵੀ ਇਹੀ ਕਿਹਾ ਜਾਂਦਾ ਕਿ ਮੈਂ ਕੋਈ ਵੀ ਪ੍ਰੈਸ ਕਾਨਫਰੰਸ ਨਾ ਕਰਾਂ, ਨਾ ਪਰਮਿੰਦਰ ਸਿੰਘ ਦੇ ਖਿਲਾਫ ਕੋਈ ਵੀ ਬੋਲਾਂ ਕਿ ਉਹਨੇ DSP ਬਣਨਾ ਆ। ਯਾਨੀ ਕਿ ਸਿੱਧੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੀ ਨਾਲ ਰਲੀ ਹੋਈ ਸੀ ਅਤੇ ਚਿੱਟਾ ਔਰ ਹੈਰੋਇਨ ਵੇਚਣ ਦਾ ਕੰਮ ਕਰਦਾ ਸੀ ਸੁਖਵਿੰਦਰ ਸਿੰਘ। ਲੇਕਿਨ ਪਿਛਲੇ 2 ਸਾਲਾਂ ਤੋਂ ਜਿਹੜੇ ਪਤਵੰਤੇ ਸੱਜਣ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਸੁਖਵਿੰਦਰ ਸਿੰਘ ਨੇ ਚਿੱਟੇ ਵੇਚਣ ਦਾ ਕੰਮ ਛੱਡ ਦਿੱਤਾ, ਲੇਕਿਨ ਪਲਵਿੰਦਰ ਸਿੰਘ ਉਹਦੇ ਉੱਤੇ ਜ਼ਬਰਦਸਤੀ ਉਹਨੂੰ ਦੁਬਾਰਾ ਮੁੱਖ ਧਾਰਾ ਵਿੱਚ ਨਹੀਂ ਲਿਆ ਜਾਣਾ ਚਾਹੁੰਦਾ ਔਰ ਦੁਬਾਰਾ ਚਿੱਟਾ ਵੇਚਣ ਦੇ ਕੰਮ ਦੇ ਵਿੱਚ ਹੀ ਧੱਕਣਾ ਚਾਹੁੰਦਾ ਹੈ। ਆਓ ਇਸ ਮਾਮਲੇ ਦੇ ਵਿੱਚ ਹੋਰ ਕੀ ਦੋਸ਼ ਕੁਲਜੀਤ ਕੌਰ ਅਤੇ ਨਾਲ ਆਏ ਪਤਵੰਤੇ ਸੱਜਣਾਂ ਨੇ ਲਗਾਏ ਤੁਹਾਨੂੰ ਸੁਣਾਈਏ। ਅੱਤੋਵਾਲ ਦਾ ਸਰਪੰਚ ਆ, ਮੌਜੂਦਾ ਸੰਤ ਪ੍ਰਕਾਸ਼ ਸਿੰਘ ਮੇਰਾ ਨਾਂ ਆ। ਇਹ ਬੱਚਾ ਪਹਿਲਾਂ ਜ਼ਰੂਰ ਗਲਤ ਸੀ, 2 ਸਾਲ ਤੋਂ ਸਾਨੂੰ ਪਤਾ ਲੱਗਿਆ ਕਿ ਹੁਣ ਇਹ ਬਿਲਕੁਲ ਸੁਧਰ ਗਿਆ, ਪਲੰਬਰ ਦਾ ਕੰਮ ਕਰਦਾ, ਆਪਣੇ ਬੱਚੇ ਪਾਲਦਾ ਜੀ। ਜਦੋਂ ਦਾ SHO ਸਾਹਿਬ ਆਏ ਆ ਦੁਬਾਰਾ, ਇਹ ਇਹਨਾਂ ਦੀ ਕੀ ਗੱਲ ਸੀ ਸਾਨੂੰ ਕੁਛ ਨਹੀਂ ਪਤਾ ਜੀ। ਇਹਨਾਂ ਦਾ ਆਉਣਾ ਜਾਣਾ ਸੀ, ਇਹਨਾਂ ਦੇ ਕਾਰਜ ਗਨਮੈਨਾਂ ਦਾ ਸੀ, ਮੈਨੂੰ ਕੁਛ ਨਹੀਂ ਪਤਾ। ਪਰ ਜਿਹੜੀ ਗੱਲ ਹੁਣ ਸਾਹਮਣੇ ਆਈ ਆ ਕਿ ਨਜਾਇਜ਼ ਤੌਰ 'ਤੇ ਪਲਵਿੰਦਰ ਸਿੰਘ ਉਹਨੂੰ ਟੌਰਚਰ ਕਰ ਰਿਹਾ, ਉਹਨੂੰ ਚੱਕ ਕੇ ਜਾ ਕੇ ਉੱਥੇ ਪਰਦਾ ਦਿੱਤਾ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਬਿਲਕੁਲ ਜਿੱਥੇ ਮਰਜ਼ੀ ਸਾਡੇ ਬਿਆਨ ਕਰਾਏ ਲੈ ਜਾਂ ਸਤੋਂ ਲੇਖਤੀ ਲੈ ਲਾ, ਉਹ ਮੁੰਡਾ ਬਿਲਕੁਲ ਨਸ਼ਾ ਨਹੀਂ ਵੇਚਦਾ ਹੁਣ, ਕਿਉਂਕਿ ਕੈਪਟਨ ਸਾਹਿਬ ਨੇ ਜਦੋਂ ਦਾ ਕਿਹਾ ਕਿ ਜੇ ਕੋਈ ਬੰਦਾ ਗੈਂਗਸਟਰ ਨਸ਼ਾ ਵੇਚਣ ਵਾਲਾ ਮੁੱਖ ਧਾਰਾ 'ਚ ਆਉਂਦਾ ਤਾਂ ਉਹਨੂੰ ਆਉਣ ਦਿੱਤਾ ਜਾਵੇ। ਉਹਦੇ ਪ੍ਰਤੀ ਈਰਖਾ ਅਤੇ ਭਾਵਨਾ ਜਿਹੜੀ ਜਾਂ ਕੋਈ ਸਾਡੀ ਆਪਸੀ ਰੰਜਿਸ਼ ਆ ਉਹ ਨਾ ਕੀਤੀਆਂ ਜਾਣ। ਉਹ ਬਿਲਕੁਲ ਉਹ ਸਹੀ ਆਪਣੇ ਬੱਚੇ ਪਾਲ ਰਿਹਾ ਜੀ, ਬਿਲਕੁਲ ਕੋਈ ਨਸ਼ਾ ਨਹੀਂ ਵੇਚਦਾ, ਇਹ ਕੋਈ ਗੱਲ ਨਹੀਂ, ਬਿਲਕੁਲ ਨਜਾਇਜ਼ ਜਿਹੜੀ ਪਲਵਿੰਦਰ ਸਿੰਘ ਨੇ ਇੱਕ ਆਪਣੀ ਜਿਹੜੀ ਉਹਦੇ ਨਾਲ ਕੱਢਣ ਡਿਆ ਜਿਹੜੇ ਕਣਕ ਉਹਦੇ ਕਰਕੇ, ਕਿਉਂਕਿ ਇਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ 'ਚ ਗਏ ਸੀਗੇ, ਉਹਦਾ ਬਦਲਾ ਲੈਣ ਨੂੰ ਸਾਰਾ ਕੋਈ ਡਰਾਮਾ ਕੀਤਾ ਹੋਇਆ। ਦੇਖੋ ਜੀ, ਮੈਂ ਤਾਂ ਚਾਹੁੰਦਾ ਜੀ ਇਹੋ ਜਿਹਾ ਪੁਲਿਸ ਅਫਸਰ ਜਿਨ੍ਹਾਂ 'ਤੇ ਸਾਨੂੰ ਮਾਣ ਹੁੰਦਾ ਕਿ ਇਹਨਾਂ ਨੇ ਨਸ਼ੇ ਨੂੰ ਰੋਕਣਾ ਆ, ਉਹ ਨਸ਼ੇ 'ਚ ਬੱਚਿਆਂ ਨੂੰ ਧੱਕ ਰਿਹਾ ਆ, ਕੀ ਪੰਜਾਬ ਕੀ ਅਸੀਂ ਕਰਾਂਗੇ ਕਿ ਸਾਡੇ ਬੱਚੇ ਕੀ ਸੇਫ ਆ? ਇਹ ਤਾਂ ਬਿਲਕੁਲ ਜੀ ਇਹੋ ਜਿਹਾ ਪੁਲਿਸ ਅਫਸਰਾਂ ਨੂੰ ਪੁਲਿਸ ਅਫਸਰ ਨਹੀਂ ਰਹਿਣ ਦਿੱਤਾ ਜਾਵੇ, ਕਿਉਂਕਿ ਜੇ ਨਸ਼ਾ ਮੁਕਤ ਪੰਜਾਬ ਹੋਊਗਾ ਤਾਂ ਹੋਊਗਾ, ਜੇ ਇਹੋ ਜਿਹੇ ਅਫਸਰ ਜਿਹੜੇ ਅਫਸਰ ਨਾ ਹੋਣਗੇ ਇੰਨਾ ਮਾੜਾ ਅਫਸਰ। ਤੁਸੀਂ ਪੰਚਾਇਤ ਵੱਲੋਂ ਰਿਪ੍ਰੈਜੈਂਟੇਸ਼ਨ ਦਿੱਤੀ ਉੱਥੇ ਕਿਸੇ ਅਫਸਰ ਨੂੰ? ਮੈਂ ਦੱਸਦਾ ਕਿ ਉਸ ਪਿੰਡ ਦੇ ਨਾਲ ਮੇਰਾ ਪਿੰਡ ਆ 1 ਕਿਲੋਮੀਟਰ, ਜਿਹਦੇ ਬੱਚੇ ਪੜ੍ਹਦੇ ਆ, ਉਸ ਪਿੰਡ ਦੀ ਪੰਚਾਇਤ ਨੂੰ SHO ਡਰਾ ਧਮਕਾ ਲੈਂਦਾ ਆ, ਅਸੀਂ ਨਡਾਰਵਾਂ ਜੀ, ਅਸੀਂ ਡਰਦੇ ਨਹੀਂ, ਅਸੀਂ ਤਾਂ ਸੱਚ ਅਤੇ ਹੱਕ ਦੇ ਪਹਿਰੇਦਾਰ ਹਾਂ। ਕੋਈ ਇਹ ਪਿੰਡਾਂ ਦੇ ਵਿੱਚ ਪੰਚਾਇਤ ਵਾਲਾ ਕੋਈ ਬੋਲ ਕੇ ਰਾਜੀ ਨਹੀਂ ਉਹਦੇ ਖਿਲਾਫ, ਕਿਉਂਕਿ ਉਸ ਇਸ ਟਾਈਮ ਵੀ ਬਤੌਰ SHO ਆ ਕਿ ਇਹੋ ਜਿਹਾ ਇਹਨਾਂ 'ਤੇ ਪਰਚਾ ਦੇ ਸਕਦਾ ਅਤੇ ਉਹ ਸਾਡੇ 'ਤੇ ਵੀ ਦੇ ਸਕਦਾ। ਮੈਂ ਸੁਰਿੰਦਰ ਸਿੰਘ ਸੰਘਾ ਜੀ, ਮੌਜੂਦਾ ਸਰਪੰਚ ਗ੍ਰਾਮ ਪੰਚਾਇਤ ਨੋਟੀ ਜੀ। ਹਾਂਜੀ, ਮੈਂ ਮੌਜੂਦਾ ਨੰਬਰਦਾਰ ਵੀ ਹਾਂ ਜੀ। ਇਹਨਾਂ ਬਾਰੇ ਜਦੋਂ ਪਹਿਲਾਂ ਪੇਪਰ 'ਚ ਪੜ੍ਹਿਆ ਸੀ ਪਤਾ ਲੱਗਾ ਸੀ ਵੀ ਬੰਦਾ ਆਪਣੇ ਆਪ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ। ਪੇਪਰ 'ਚ ਪੜ੍ਹਿਆ ਸੀ ਪਹਿਲੀ ਕਾਨਫਰੰਸ ਬਾਰੇ ਵੀ ਇਹਨਾਂ ਦੇ,
उस तो बाद मुड़ के ठीक है जी बाहर आ गया आ के अपना पलंबर का काम शुरू करता। मेरा पिंड भी नज़दीक ही है पता किया मेरी रिश्तेदारी भी उत्थे उस पिंड तो अपना काम सारे छड़ चुका। पर कुलविंदर सिंह दोबारा उन्होंने चाहता से अपने गांव में राही फिर नशे का कारोबार तो दोबारा कर कैप्टन साहब तो जी सहु खाधी है नशा छड़ाने वास्ते गुटका साहब हाथ फड़ के तो जे योजे काम उन्होंने छत्रछाया थले होंगे तो यह जे क्राफ्ट अफसर के खिलाफ मुकदमा दर्ज करना चाहिए ता कि बाकी बंद मैं रसीद मिले इस गल की जे आ गलत काम करा तो सानू आ सजा मिलनी। सर तुसी कट्ठे होकर कदी भी पलविंदर के कोल गए एस एच ओ को गल कर गए पर मैं पता जी कि एड्डा वधिया पुलिस अफसर नहीं है इस कैपेबिलिटी का नहीं है कि किसी नशा छड़ा सके या कुछ कर सके। ये किदा पता तो पहला भी लग चुका जी अकाली सरकार वे बेटी थाने सचो रहा जी उदो भी गलत बंदी की मदद करता रहा बिल्कुल बिल्कुल अपने गनमैन राही मुका एलीगेशन लगे बकायदा जी उस गल की तफ्तीश चलती एस एस पी साहब को पता मेरे हिसाब से तो एस एस पी साहब तुरंत बदली कर देना चाहिए सोचते मौके पर तफ्तीश को प्रभावित ना करे तो इस पर ला लांबे कर देना चाहिए सी किसी होर मामले ला देना चाहिए। सबसक्राइब भी जरूर करो लाइक करो और कमेंट भी करो और शेयर भी करो ताकि बहुत सारे लोगों तक यहोजी जानकारी जा सके। सो अगली बारी असी किसी होर नवी जानकारी के नाल तुहाडे सामने हाजिर होवांगे। तद तक के लिए सानू दिओ इजाजत।